ਪੰਜਾਬ ਇਸ ਵੇਲੇ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਸਭ ਤੋਂ ਪਹਿਲਾਂ ਨਜ਼ਰ ਪਾਉਂਦੇ ਹਾਂ ਹੁਣ ਤੱਕ ਦੀਆਂ ਚੋਣਵੀਆਂ ਖਬਰਾਂ 'ਤੇ। ਬੇਅਦਬੀ ਮਾਮਲੇ ਵਿੱਚ ਨਾਮਜ਼ਦ ਅਫਸਰਾਂ ਦੀਆਂ ਅਗਾਊ ਜ਼ਮਾਨਤ ਦੀਆਂ ਅਰਜ਼ੀਆਂ ਹੋਈਆਂ ਰੱਦ। ਇਹਨਾਂ ਅਫਸਰਾਂ ਦੀ ਗ੍ਰਿਫਤਾਰੀ ਦੇ ਲਈ SIT ਵੱਲੋਂ ਹੋ ਸਕਦੀ ਹੈ ਛਾਪੇਮਾਰੀ। ਗੋਲੀਕਾਂਡ ਪੀੜਿਤ ਦੇ ਰਿਸ਼ਤੇਦਾਰ ਨੇ ਕੀਤੀ ਸੀ ਅਗਾਊ ਜ਼ਮਾਨਤ ਦੀ ਅਰਜ਼ੀ ਨਾ ਮਨਜ਼ੂਰ ਕਰਨ ਦੀ ਅਪੀਲ। ਸੁਖਪਾਲ ਖਹਿਰਾ ਨੇ ਫਾਜ਼ਿਲਕਾ ਦੇ ਪਿੰਡਾਂ ਦਾ ਕੀਤਾ ਦੌਰਾ, ਕਿਹਾ ਕਿਸਾਨਾਂ ਨੂੰ ਕਰਜ਼ੇ ਮਾਫ਼ੀ ਦੇ ਨਾਲ ਨਹੀਂ ਹੋ ਰਿਹਾ ਫਾਇਦਾ। ਕਿਸਾਨਾਂ ਨੇ ਲਗਾਏ ਇਲਜ਼ਾਮ, ਬੈਂਕਾਂ ਕਰ ਰਹੀਆਂ ਨੇ ਤੰਗ ਪਰੇਸ਼ਾਨ। ਕੈਪਟਨ ਸਰਕਾਰ ਦੇ ਕਰਜ਼ਾ ਮਾਫ਼ੀ 'ਤੇ ਲੱਗੇ ਸਵਾਲੀਆ ਨਿਸ਼ਾਨ। ਪੰਜਾਬ ਕਾਂਗਰਸ ਨੇ ਕੇਂਦਰ ਸਰਕਾਰ ਦੇ ਅੰਤਰਿਮ ਬਜਟ 'ਤੇ ਦਿੱਤੀ ਪ੍ਰਤੀਕਿਰਿਆ। ਸੁਨੀਲ ਜਾਖੜ ਨੇ ਕਿਹਾ ਭਾਜਪਾ ਨੇ ਪੇਸ਼ ਕੀਤਾ ਜੁਮਲਾ ਬਜਟ, ਕਿਹਾ ਸਰਕਾਰ ਨੇ 6,000 ਰੁਪਏ ਕਿਸਾਨਾਂ ਦੇ ਲਈ ਤਜਵੀਜ਼ ਰੱਖ ਕੇ ਕੀਤਾ ਕਿਸਾਨਾਂ ਦਾ ਅਪਮਾਨ। ਮਨਪ੍ਰੀਤ ਬਾਦਲ ਨੇ ਕਿਹਾ ਕੇਂਦਰ ਸਰਕਾਰ ਨੇ ਕਿਸਾਨਾਂ ਦੀਆਂ ਉਮੀਦਾਂ 'ਤੇ ਫੇਰਿਆ ਪਾਣੀ, ਕਿਹਾ ਸਰਕਾਰ ਨੇ ਬੇਰੁਜ਼ਗਾਰਾਂ ਲਈ ਨਹੀਂ ਕੀਤਾ ਕੋਈ ਐਲਾਨ। ਆਮ ਆਦਮੀ ਪਾਰਟੀ ਦੇ ਆਗੂ ਭਗਵੰਤ ਮਾਨ ਪਹੁੰਚੇ ਹਰਿਮੰਦਰ ਸਾਹਿਬ, ਕਿਹਾ ਅਕਾਲੀ ਦਲ ਦੇ ਆਗੂਆਂ ਨੂੰ ਲੋਕ ਪਿੰਡਾਂ ਵਿੱਚ ਨਹੀਂ ਦੇ ਰਹੇ ਵੜਨ। ਕਾਂਗਰਸ 'ਤੇ ਲਗਾਏ ਝੂਠੇ ਵਾਅਦੇ ਕਰਕੇ ਵੋਟ ਹਾਸਲ ਕਰਨ ਦੇ ਇਲਜ਼ਾਮ। ਬੇਅਦਬੀ ਮਾਮਲੇ 'ਤੇ ਸਿੱਟ ਦੁਆਰਾ ਨਾਮਜ਼ਦ ਕੀਤੇ ਦੋਨੋਂ ਅਫਸਰਾਂ ਦੀਆਂ ਅਗਾਊ ਜ਼ਮਾਨਤ ਦੀਆਂ ਅਰਜ਼ੀਆਂ ਅਦਾਲਤ ਵੱਲੋਂ ਰੱਦ ਕਰ ਦਿੱਤੀਆਂ ਗਈਆਂ ਨੇ ਅਤੇ ਹੁਣ ਕਿਸੇ ਵੀ ਵੇਲੇ ਇਹਨਾਂ ਦੋਵਾਂ ਅਫਸਰਾਂ ਦੀ ਗ੍ਰਿਫਤਾਰੀ ਹੋ ਸਕਦੀ ਹੈ। ਜ਼ਿਕਰਯੋਗ ਹੈ ਕਿ ਗੋਲੀਕਾਂਡ ਵਿੱਚ ਮਾਰੇ ਗਏ ਇੱਕ ਵਿਅਕਤੀ ਦੇ ਪਰਿਵਾਰ ਵੱਲੋਂ ਅਗਾਊ ਜ਼ਮਾਨਤ ਦੀਆਂ ਅਰਜ਼ੀਆਂ ਨਾ ਮੰਨੇ ਜਾਣ ਦੀ ਪਟੀਸ਼ਨ ਪਾਈ ਗਈ ਸੀ, ਜਿਸ 'ਤੇ ਕਾਰਵਾਈ ਕਰਦਿਆਂ ਅਦਾਲਤ ਨੇ ਇਹਨਾਂ ਦੋਨਾਂ ਅਫਸਰਾਂ ਦੀਆਂ ਅਰਜ਼ੀਆਂ ਰੱਦ ਕਰ ਦਿੱਤੀਆਂ ਨੇ। ਇਸ ਮਾਮਲੇ 'ਤੇ ਜ਼ਿਆਦਾ ਜਾਣਕਾਰੀ ਲਈ ਗੱਲ ਕਰਦੇ ਹਾਂ ਸਾਡੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ ਨਾਲ। ਡੱਲਾ ਜੀ, ਇਸ ਮਾਮਲੇ 'ਤੇ SIT ਹੁਣ ਕਿਸ ਤਰ੍ਹਾਂ ਦੀਆਂ ਕਾਰਵਾਈਆਂ ਕਰ ਸਕਦੀ ਹੈ, ਕੀ ਸੰਭਾਵਨਾਵਾਂ ਨੇ ਇਸ ਮਾਮਲੇ ਨੂੰ ਲੈ ਕੇ? ਦੇਖੋ, ਆਪਾਂ ਪਹਿਲਾਂ ਹੀ ਲਗਾਤਾਰ ਇਸ ਗੱਲ ਦੀ ਸੰਭਾਵਨਾ ਪ੍ਰਗਟ ਕਰ ਰਹੇ ਸੀ ਕਿ ਜਿਹੜੀ ਜ਼ਮਾਨਤ ਹੈ ਉਹ ਰੱਦ ਹੋ ਸਕਦੀ ਹੈ ਤਿੰਨਾਂ ਮੁਲਜ਼ਮ ਪੁਲਿਸ ਅਫਸਰਾਂ ਦੀ। ਔਰ ਜਿਹੜੀ ਫਰੀਦਕੋਟ ਦੀ ਜ਼ਿਲ੍ਹਾ ਅਦਾਲਤ ਹੈ, ਜੱਜ ਸਾਹਿਬ ਨੇ ਹਰਪਾਲ ਸਿੰਘ, ਉਹਨਾਂ ਨੇ ਰੱਦ ਕਰ ਦਿੱਤੀ ਹੈ ਆਖਿਰਕਾਰ ਜ਼ਮਾਨਤ ਤਿੰਨਾਂ ਦੀ। ਜੀ, ਕਿਸੇ ਤਰ੍ਹਾਂ ਦੀ ਜਿਹੜੀ ਰਾਹਤ ਹੈ ਇਹਨਾਂ ਤਿੰਨਾਂ ਮੁਲਜ਼ਮਾਂ ਨੂੰ ਅਦਾਲਤ ਵੱਲੋਂ ਜ਼ਮਾਨਤ ਦੇ ਰੂਪ ਦੇ ਵਿੱਚ ਤਾਂ ਨਹੀਂ ਮਿਲੀ। ਇਹਦੇ ਵਿੱਚ SP ਬਿਕਰਮਜੀਤ ਸਿੰਘ ਨੇ, ਸਬ ਇੰਸਪੈਕਟਰ ਨੇ, ਇਹਦੇ ਵਿੱਚ ਜਿਹੜੇ ਕਿ SHO ਵੀ ਸੀ ਬਾਜਾ ਖਾਨਾ ਦੇ, ਅਮਰਜੀਤ ਸਿੰਘ ਕੁਲਾਰ, ਔਰ ਇੱਕ ਪ੍ਰਦੀਪ ਜਿਹੜਾ ਹੈਗਾ ਇੰਸਪੈਕਟਰ ਦੱਸਿਆ ਜਾ ਰਿਹਾ ਅਫਸਰ। ਸੋ ਇਹਨਾਂ ਤਿੰਨਾਂ ਨੂੰ ਜਿਹੜਾ ਹੁਣ ਜ਼ਮਾਨਤ ਸੀ ਇਹਨਾਂ ਨੇ ਮੰਗੀ ਸੀ ਉਹ ਤਾਂ ਰੱਦ ਕਰ ਦਿੱਤੀ। ਹੁਣ ਇਹਨਾਂ ਕੋਲ ਹੋਰ ਕੋਈ ਚਾਰਾ ਨਹੀਂ, ਇਹਨਾਂ ਨੂੰ ਹਰ ਹਾਲਤ ਦੇ ਵਿੱਚ ਪੇਸ਼ ਹੋਣਾ ਪਏਗਾ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਕੋਲ। ਹਾਲਾਂਕਿ ਇਹ ਉੱਪਰਲੀ ਅਦਾਲਤ 'ਚ ਜਾ ਸਕਦੇ ਨੇ। ਇਹ ਹੋ ਸਕਦਾ ਕਿ ਅੱਜ ਹੀ ਜਦੋਂ ਇਹਨਾਂ ਦੀ ਜ਼ਮਾਨਤ ਰੱਦ ਹੋਈ ਹੈ ਅਤੇ ਆਉਂਦੇ ਦਿਨਾਂ 'ਚ ਸੋਮਵਾਰ ਨੂੰ ਇਹ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਵਿੱਚ ਫਿਰ ਆਪਣੀ ਅਗਾਊ ਜ਼ਮਾਨਤ ਮੰਗ ਸਕਦੇ ਨੇ। ਪਰ ਉਸ ਤੋਂ ਪਹਿਲਾਂ ਹੁਣ ਪੁਲਿਸ ਦੀ ਕੋਸ਼ਿਸ਼ ਇਹ ਹੈ ਸਿੱਟ ਦੀ ਕਿ ਅਸੀਂ ਕਿਤੇ ਨਾ ਕਿਤੇ ਇਹਨਾਂ ਨੂੰ ਲੱਭ ਲਈਏ ਔਰ ਇਹਨਾਂ ਨੂੰ ਗ੍ਰਿਫਤਾਰ ਕਰੀਏ। ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦੇ ਅਫਸਰ ਅੱਜ ਅਦਾਲਤ ਪਰਿਸਰ ਦੇ ਬਾਹਰ ਵੀ ਤੈਨਾਤ ਸੀ ਔਰ ਉਹਨਾਂ ਅਫਸਰਾਂ 'ਚੋਂ ਕਈਆਂ ਨੂੰ ਸਿਰਫ ਇਸ ਕੰਮ 'ਤੇ ਲਾਇਆ ਗਿਆ ਸੀ ਕਿ ਤੁਸੀਂ ਨਜ਼ਰ ਰੱਖਣੀ ਹੈ ਜੇ ਬਿਕਰਮਜੀਤ ਸਿੰਘ ਉੱਥੇ ਆਇਆ, ਜੇ ਉੱਥੇ ਪ੍ਰਦੀਪ ਆਇਆ, ਜੇ ਉੱਥੇ ਅਮਰਜੀਤ ਸਿੰਘ ਕੁਲਾਰ ਆਇਆ, ਤਾਂ ਕਿ ਅਸੀਂ ਜੇ ਜ਼ਮਾਨਤ ਇਹਨਾਂ ਨੂੰ ਨਹੀਂ ਮਿਲਦੀ ਤਾਂ ਤੁਰੰਤ ਅਸੀਂ ਇਹਨਾਂ ਨੂੰ ਹਿਰਾਸਤ 'ਚ ਲੈ ਲਈਏ ਅਤੇ ਇਹਨਾਂ ਨੂੰ ਗ੍ਰਿਫਤਾਰ ਕਰ ਲਈਏ।
ਪਟਿਆਲਾ ਤੋਂ ਆਮ ਆਦਮੀ ਪਾਰਟੀ ਦੇ ਸਾਂਸਦ ਡਾਕਟਰ ਧਰਮਵੀਰ ਗਾਂਧੀ ਨੇ ਬੇਅਦਬੀ ਅਤੇ ਗੋਲੀਕਾਂਡ ਮਾਮਲੇ 'ਤੇ ਇੱਕ ਵਾਰ ਫਿਰ ਤੋਂ ਆਪਣਾ ਬਿਆਨ ਦਿੱਤਾ ਹੈ। ਗਾਂਧੀ ਨੇ ਕਿਹਾ ਕਿ ਇਸ ਮਾਮਲੇ ਦੇ ਵਿੱਚ ਦੋਸ਼ੀ ਚਾਹੇ ਕੋਈ ਵੀ ਹੋਵੇ, ਉਸ ਦੇ ਖਿਲਾਫ਼ ਪੂਰੀ ਤਰ੍ਹਾਂ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਇਸ ਮਾਮਲੇ ਵਿੱਚ ਦੋਸ਼ੀ ਚਾਹੇ ਕੋਈ ਵੱਡੇ ਕੱਦ ਵਾਲਾ ਸਿਆਸੀ ਆਗੂ ਹੀ ਕਿਉਂ ਨਾ ਹੋਵੇ, ਉਸ ਦੇ ਖਿਲਾਫ਼ ਵੀ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ। ਸਾਡੇ ਗੁਰੂ ਗ੍ਰੰਥ ਸਾਹਿਬ ਇਕੱਲੇ ਸਿੱਖਾਂ ਦੇ ਨਹੀਂ, ਸਾਰੇ ਪੰਜਾਬੀਆਂ ਦੇ ਸਨਮਾਨ, ਸਭ ਤੋਂ ਸਨਮਾਨਯੋਗ ਸਾਡੇ ਗ੍ਰੰਥ ਨੇ, ਉਹ ਧਾਰਮਿਕ ਗ੍ਰੰਥ ਹੈਗੇ, ਉਹ ਸਾਡੇ ਪੰਜਾਬ ਦੀ ਸਮੁੱਚੀ ਵਿਰਾਸਤ ਹੈ, ਪੰਜਾਬੀ ਦੀ ਵਿਰਾਸਤ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਹਦੀ ਜੇ ਕੋਈ ਬੇਅਦਬੀ ਕਰਦਾ ਹੈਗਾ, ਵੈਸੇ ਤਾਂ ਸਾਰੇ ਧਰਮਾਂ ਦੇ ਗ੍ਰੰਥਾਂ ਦੀ ਬੇਅਦਬੀ ਉਹ ਕਰਦਾ, ਖਾਸ ਤੌਰ 'ਤੇ ਗੁਰੂ ਗ੍ਰੰਥ ਸਾਹਿਬ ਦੀ ਜਿਸ ਤਰ੍ਹਾਂ ਬੇਅਦਬੀ ਹੋਈ ਹੈਗੀ ਆ, ਔਰ ਵਾਰ ਵਾਰ ਹੋਈ ਹੈਗੀ ਹੈ, ਔਰ ਉਹਦੇ ਦੋਸ਼ੀਆਂ 'ਤੇ ਜਿਸ ਤਰ੍ਹਾਂ ਮਤਲਬ ਪਹਿਲਾਂ ਇੱਕ ਕਮਿਸ਼ਨ ਬੈਠਿਆ ਹੈਗਾ ਹੈ, ਫਿਰ ਜੋਰਾ ਸਿੰਘ ਕਮਿਸ਼ਨ, ਫਿਰ ਰਣਜੀਤ ਸਿੰਘ ਕਮਿਸ਼ਨ ਬੈਠਿਆ ਹੈਗਾ, ਉਸ ਤੋਂ ਬਾਅਦ ਵੀ ਜੋ ਜਿੰਨੀ ਤੇਜ਼ੀ ਨਾਲ ਕਾਰਵਾਈ ਹੋਣੀ ਚਾਹੀਦੀ ਸੀ, ਜਦੋਂ ਇੱਕ ਵਾਰ ਦੋਸ਼ੀ ਟਿੱਕੇ ਗਏ ਸੀਗੇ, ਚਾਹੇ ਉਹ ਦੋਸ਼ੀ ਸਿਆਸੀ ਸੀਗੇ, ਚਾਹੇ ਉਹ ਦੋਸ਼ੀ ਕੋਈ ਹੋਰ ਆਮ ਲੋਕ ਸੀਗੇ, ਚਾਹੇ ਪੁਲਿਸ ਵਾਲੇ ਸੀਗੇ, ਉਹਨਾਂ ਖਿਲਾਫ਼ ਕਾਰਵਾਈ ਹੋਣੀ ਚਾਹੀਦੀ ਸੀ। ਪਰ ਇੱਕ ਵਾਰ ਅਦਾਲਤੀ ਪ੍ਰਕਿਰਿਆ 'ਚ ਇਹ ਮਾਮਲਾ ਉਲਝ ਗਿਆ ਸੀ, ਅਦਾਲਤ ਵੱਲੋਂ ਕਲੀਨ ਚਿੱਟ ਦੇਣ ਤੋਂ ਬਾਅਦ ਹੁਣ ਜਿਹੜੇ ਦੋਸ਼ੀ ਹੈਗੇ ਉਹਨਾਂ ਦੀ ਧਰਪਕੜ ਜਾਰੀ ਹੈਗੀ ਹੈ, ਸ਼ੁਰੂ ਹੋਈ ਹੈ। ਉਮੀਦ ਹੈ ਇਹ ਤਾਰਾਂ ਜਿੱਥੇ ਤੱਕ ਪਹੁੰਚਣੀਆਂ ਚਾਹੀਦੀਆਂ ਨੇ ਸਿਆਸੀ ਲੀਡਰਾਂ ਤੱਕ, ਮੈਂ ਨਹੀਂ ਕਹਿੰਦਾ ਧੱਕਾ ਕਰਨਾ ਚਾਹੀਦਾ ਹੈਗਾ, ਪਰ ਜੋ ਕਾਨੂੰਨੀ ਰੂਪ ਵਿੱਚ ਜਿੱਥੇ ਤੱਕ ਚਾਹੇ ਕਿੱਡੀ ਤੋਂ ਕਿੱਡੀ ਵੱਡੀ ਹਸਤੀ, ਸਿਆਸੀ ਹਸਤੀ ਕਿਉਂ ਨਾ ਹੋਵੇ, ਉਸ ਦੇ ਖਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ, ਤਾਂ ਕਿ ਲੋਕਾਂ ਦੇ ਬਲੂੰਦਰੇ ਹਿਰਦੇ ਹੈਗੇ ਹੈ ਗੁਰੂਆਂ ਸਾਹਿਬ ਦੀ ਬੇਅਦਬੀ ਨੂੰ ਲੈ ਕੇ, ਉਹਨਾਂ ਦੇ ਠੰਡ ਵਰਤਾਈ ਜਾ ਸਕੇ, ਉਹਨਾਂ ਨੂੰ ਸ਼ਾਂਤੀ ਮਿਲ ਸਕੇ, ਔਰ ਪੰਜਾਬ 'ਚ ਅਮਨ ਕਾਨੂੰਨ ਦਾ ਰਾਜ ਹੈ ਉਹ ਸਥਾਪਿਤ ਹੋ ਸਕੇ। ਪੰਜਾਬੀ ਏਕਤਾ ਪਾਰਟੀ ਦੇ ਆਗੂ ਸੁਖਪਾਲ ਖਹਿਰਾ ਅੱਜ ਕੱਲ੍ਹ ਮਾਲਵੇ ਦੇ ਇਲਾਕੇ ਦੇ ਵਿੱਚ ਸਰਗਰਮ ਨਜ਼ਰ ਆ ਰਹੇ ਨੇ। ਲਗਾਤਾਰ ਪੰਜਾਬ ਦੇ ਪ੍ਰਦੂਸ਼ਿਤ ਪਾਣੀ ਦਾ ਮੁੱਦਾ ਚੁੱਕਣ ਤੋਂ ਬਾਅਦ ਹੁਣ ਸੁਖਪਾਲ ਖਹਿਰਾ ਨੇ ਕਰਜ਼ੇ ਤੋਂ ਪਰੇਸ਼ਾਨ ਕਿਸਾਨਾਂ ਦੀ ਸਾਰ ਲਈ ਹੈ। ਸੁਖਪਾਲ ਖਹਿਰਾ ਨੇ ਫਾਜ਼ਿਲਕਾ ਦੇ ਕਈ ਪਿੰਡਾਂ ਦਾ ਦੌਰਾ ਕੀਤਾ। ਇਸ ਮੌਕੇ ਉਹਨਾਂ ਨੇ ਕਰਜ਼ੇ ਤੋਂ ਪਰੇਸ਼ਾਨ ਕਿਸਾਨਾਂ ਦੇ ਨਾਲ ਮੁਲਾਕਾਤ ਕੀਤੀ। ਕਿਸਾਨਾਂ ਨੇ ਸੁਖਪਾਲ ਖਹਿਰਾ ਨੂੰ ਆਪਣੀਆਂ ਸਮੱਸਿਆਵਾਂ ਦੱਸੀਆਂ। ਇਸ ਮੌਕੇ ਕਿਸਾਨਾਂ ਨੇ ਬੈਂਕਾਂ 'ਤੇ ਇਲਜ਼ਾਮ ਲਗਾਏ ਨੇ ਕਿ ਬੈਂਕਾਂ ਉਹਨਾਂ ਨੂੰ ਕਰਜ਼ੇ ਕਰਕੇ ਪਰੇਸ਼ਾਨ ਕਰ ਰਹੀਆਂ ਨੇ। ਕਈ ਕਿਸਾਨਾਂ ਦੁਆਰਾ ਲਗਾਏ ਅਜਿਹੇ ਇਲਜ਼ਾਮਾਂ ਤੋਂ ਬਾਅਦ ਕੈਪਟਨ ਸਰਕਾਰ ਦੇ ਕਰਜ਼ੇ ਮਾਫ਼ੀ ਦੇ ਉੱਪਰ ਸਵਾਲੀਆ ਨਿਸ਼ਾਨ ਲੱਗ ਗਏ ਨੇ। ਇਸ ਸਾਰੇ ਮਾਮਲੇ ਵਿੱਚ ਕੀ ਕਹਿਣਾ ਸੁਖਪਾਲ ਖਹਿਰਾ ਅਤੇ ਕਿਸਾਨਾਂ ਦਾ, ਆਓ ਸੁਣਦੇ ਹਾਂ। ਮੈਂ ਇੱਕ ਵਕੈਣ ਵਾਲਾ ਦਾ ਛੋਟਾ ਜਿਹਾ ਕਿਸਾਨ ਹਾਂ ਜਿਸ ਕੋਲ 1 ਏਕੜ ਜ਼ਮੀਨ ਹੈ ਅਤੇ ਅਸੀਂ ਕਿਸੇ ਮਜਬੂਰੀ ਕਾਰਨ ਜ਼ਮੀਨ ਨੂੰ ਰਜਿਸਟਰੀ ਬੈਂਕ ਨੂੰ ਕਰਕੇ ਅਸੀਂ ਲੋਨ ਚੱਕਿਆ ਸੀ 1,10,000 ਰੁਪਇਆ। ਉਸ 1,10,000 ਦਾ ਕੁਝ ਵਿਆਜ ਬਣਾ ਕੇ 1,38,535 ਰੁਪਏ ਬਣਾ ਲਿਆ। ਸੋ ਉਹ ਅਸੀਂ ਭਰਨ ਦੇ ਯੋਗ ਨਹੀਂ ਹਾਂ, ਨਾ ਹੀ ਸਾਡੀ ਕੋਈ ਆਮਦਨ ਹੈ, ਪਾਣੀ ਸਾਡੇ ਆਉਂਦਾ ਨਹੀਂ, ਨਹਿਰਾਂ ਬਿਲਕੁਲ ਬੰਦ ਪਈਆਂ ਨੇ। ਇਸ ਕਰਕੇ ਸਰਕਾਰ ਦੀ ਜੋ ਕਰਜ਼ਾ ਮੁਆਫ਼ੀ ਸਕੀਮ ਹੈ ਉਸ ਦੇ ਅੰਦਰ ਸਾਨੂੰ ਲਿਆਂਦਾ ਜਾਵੇ ਤਾਂ ਜੋ ਅਸੀਂ ਉਸ ਕਰਜ਼ੇ ਤੋਂ ਮੁਕਤੀ ਪਾ ਸਕੀਏ। ਇਸ ਵਕਤ ਅਸੀਂ ਬਕੈਣ ਵਾਲਾ ਪਿੰਡ ਵਿੱਚ ਇਕੱਤਰ ਹੋਏ ਹਾਂ। ਬਹੁਤ ਸਾਰੇ ਲੋਕ ਨੇੜੇ ਨੇੜੇ ਪਿੰਡਾਂ, ਕੋਇਲ ਖੇੜਾ, ਦੀਵਾਨ ਖੇੜਾ, ਲਗਭਗ 15 ਪਿੰਡ ਨੇ ਜਿਹੜੇ ਟੇਲ ਐਂਡ ਦੇ ਉੱਤੇ ਸਫ਼ਰ ਕਰ ਰਹੇ ਨੇ ਪਾਣੀ ਵਾਸਤੇ। ਪੀਣ ਵਾਲਾ ਪਾਣੀ ਵੀ ਨਹੀਂ ਪਹੁੰਚ ਰਿਹਾ, ਖੇਤੀ ਵਾਲਾ ਪਾਣੀ ਵੀ ਨਹੀਂ ਪਹੁੰਚ ਰਿਹਾ। ਬਕੈਣ ਵਾਲਾ ਪਿੰਡ ਦੇ ਲੋਕਾਂ ਨੇ ਕਿਹਾ ਕਿ ਸਾਡੇ ਲਾਗੇ ਗੰਗ ਕਨਾਲ ਆ, ਰਾਜਸਥਾਨ ਨੂੰ ਜਿਹੜਾ ਪਾਣੀ ਜਾਂਦਾ, ਉਹਦੇ 'ਚੋਂ ਕੈਂਟਰਾਂ ਨਾਲ ਪਾਣੀ ਲੈ ਕੇ ਆਉਂਦੇ ਨੇ, ਖਰੀਦਦੇ ਨੇ। ਹਰ ਘਰ ਵਿੱਚ ਆਪਣੇ ਪੀਣ ਵਾਲਾ ਪਾਣੀ ਦਾ ਸਾਧਨ ਬੰਦੋਬਸਤ ਕੀਤਾ, ਇਹਨਾਂ ਨੇ ਡਿੱਕੀਆਂ ਬਣਾਈਆਂ, ਉਹਦੇ 'ਚ ਪਵਾਉਂਦੇ ਨੇ। ਅਤੇ ਖੇਤਾਂ ਵਾਸਤੇ ਪਾਣੀ ਤਾਂ ਮਤਲਬ ਹੀ ਕੋਈ ਨਹੀਂ ਗਾ, ਕਿਉਂਕਿ ਇਹ ਅਖੀਰ 'ਤੇ ਬੈਠੇ ਨੇ ਬਾਰਡਰ 'ਤੇ, ਔਰ ਉਹ ਪਾਣੀ ਦੀ ਕਾਣੀ ਵੰਡ ਦੇ ਕਰਕੇ, ਇਹ ਟੇਲਾਂ ਦੇ ਉੱਤੇ ਪਾਣੀ ਨਾ ਪਹੁੰਚਣ ਦੇ ਕਰਕੇ ਬਹੁਤ ਲੋਕ ਹਤਾਸ਼ ਨੇ। ਇਹ ਆਪਣੀਆਂ ਫਸਲਾਂ ਨਹੀਂ ਪਾਲ ਸਕਦੇ, ਇਹ ਸਰੋਂ ਬੀਜਦੇ ਨੇ, ਇਹ ਜਿਹੜੀਆਂ ਬਰਸਾਤ ਦੀ ਬਰਸਾਤ ਨਾਲ ਹੋਣ ਵਾਲੀਆਂ ਫਸਲਾਂ ਨੇ, ਗੁਬਾਰੇ ਵਰਗੀਆਂ, ਉਹ ਬੀਜਦੇ ਨੇ, ਮੂੰਗੀ ਬੀਜਦੇ ਨੇ, ਅਤੇ ਇਹਨਾਂ ਨੂੰ ਘਾਟਾ ਪੈ ਰਿਹਾ, ਘਾਟੇ ਦੇ ਕਰਕੇ ਕਰਜ਼ਾ ਚੜ੍ਹ ਰਿਹਾ। ਔਰ ਇੱਥੇ ਕਿਸਾਨਾਂ ਨੇ ਮੈਨੂੰ ਇਹ ਵੀ ਦੱਸਿਆ ਕਿ ਇਹ 1 ਏਕੜ ਦਾ ਕਿਸਾਨ ਹੈ ਸਿਰਫ ਇਸ ਪਿੰਡ ਦੇ, ਔਰ ਇਹਨਾਂ ਦਾ 1 ਏਕੜ ਦਾ ਇਹਨਾਂ ਨੂੰ ਕਰਜ਼ਾ ਤਾਂ ਕੀ ਮਾਫ਼ ਕਰਨਾ ਸੀ ਕੈਪਟਨ ਸਾਹਿਬ ਦੀ ਸਰਕਾਰ ਨੇ, ਇਹਨਾਂ ਨੂੰ ਉਲਟਾ
ਜਿਹੜੇ ਡਿਫਾਲਟਰ ਹੋਣ ਦਾ ਨੋਟਿਸ ਭੇਜਿਆ ਗਿਆ, ਇਹਨਾਂ ਦੇ ਉੱਤੇ ਕਾਰਵਾਈ ਇੱਕ ਸਰਕਾਰ ਨੇ ਸ਼ੁਰੂ ਕਰਤੀ ਆ। ਸੋ ਇਸ ਇਲਾਕੇ ਦੇ ਟੇਲ ਐਂਡ ਦੇ ਪਾਣੀ ਦੀ ਬਹੁਤ ਵੱਡੀ ਸਮੱਸਿਆ ਵਾ। ਸਾਡੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਕੋਲੋਂ ਇਹ ਬਹੁਤ ਮੰਗ ਆ ਕਿ ਟੋਟਲ ਡਿਸਟ੍ਰੀਬਿਊਸ਼ਨ ਆਫ ਇਰੀਗੇਸ਼ਨ ਵਾਟਰ ਇਨ ਦਾ ਸਟੇਟ ਆਫ ਪੰਜਾਬ ਸ਼ੁੱਡ ਬੀ ਡਨ ਔਨ ਮੈਰਿਟ। ਪੰਜਾਬ ਕਾਂਗਰਸ ਨੇ ਚੰਡੀਗੜ੍ਹ ਵਿਖੇ ਕਾਨਫਰੰਸ ਕਰਕੇ ਮੋਦੀ ਸਰਕਾਰ ਦੁਆਰਾ ਪੇਸ਼ ਕੀਤੇ ਅੰਤਰਿਮ ਬਜਟ 'ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਇਸ ਮੌਕੇ ਬੋਲਦਿਆਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਸਰਕਾਰ ਨੇ ਪੂਰੀ ਤਰ੍ਹਾਂ ਨਾਲ ਜੁਮਲਾ ਬਜਟ ਪੇਸ਼ ਕੀਤਾ ਹੈ। ਉਹਨਾਂ ਨੇ ਕਿਹਾ ਕਿ ਇਸ ਦੇ ਵਿੱਚ ਕਿਸਾਨਾਂ ਦੇ ਨਾਲ ਮਜ਼ਾਕ ਕੀਤਾ ਗਿਆ ਹੈ। ਜਾਖੜ ਨੇ ਇਸ ਮੌਕੇ ਕਿਹਾ ਕਿ ਸਮਾਰਟ ਸਿਟੀ 'ਤੇ ਕੋਈ ਵੀ ਕੰਮ ਨਹੀਂ ਹੋਇਆ, ਨਾਲ ਹੀ ਉਹਨਾਂ ਨੇ ਆਦਰਸ਼ ਪਿੰਡ ਯੋਜਨਾ 'ਤੇ ਵੀ ਸਵਾਲ ਚੁੱਕੇ। ਕੀ ਕਿਹਾ ਸੁਨੀਲ ਜਾਖੜ ਨੇ, ਆਓ ਸੁਣਦੇ ਹਾਂ। ਇੱਕ ਨਵਾਂ ਜੁਮਲਾ ਜਿਹਨੂੰ ਕਹਿੰਦੇ ਹੈ, ਇੱਕ ਨਵਾਂ ਉਹਨਾਂ ਨੇ ਹੈਡਲਾਈਨ ਜ਼ਰੂਰ ਬਣਾਈ, ਇੱਕ ਨਿਆ ਨਾਰਾ ਬਣਾਇਆ, ਕਹਿੰਦੇ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ। ਮੇਰਾ ਮੰਨਣਾ ਹੈ ਇਹਦਾ ਨਾਂ ਮੋਦੀ ਸਾਹਿਬ ਨੂੰ ਰੱਖਣਾ ਚਾਹੀਦਾ ਸੀਗਾ, ਪ੍ਰਧਾਨ ਮੰਤਰੀ ਕਿਸਾਨ ਅਪਮਾਨ ਨਿਧੀ। 500 ਰੁਪਈਏ ਦੇ ਕੇ ਅਗਰ ਮੋਦੀ ਸਾਹਿਬ ਆਹ ਤਵੱਕੋ ਰੱਖਦੇ ਹੈ ਵੀ ਹਿੰਦੁਸਤਾਨ ਦਾ ਤੇ ਪੰਜਾਬ ਦਾ ਜਿਹੜਾ ਅਣਖੀ ਕਿਸਾਨ ਹੈ ਉਹ ਬੜੇ ਸਨਮਾਨ ਨਾਲ ਜੀ ਸਕਦਾ ਹੈ, ਤੇ ਇਹਦੇ ਨਾਲ ਇੱਕ ਗੱਲ ਸਪਸ਼ਟ ਹੋ ਗਈ ਵੀ ਮੋਦੀ ਸਾਹਿਬ ਨੂੰ ਕਿਸਾਨ ਦੀ ਕਿਸੇ ਸਮੱਸਿਆ ਦਾ ਕੋਈ ਪਤਾ ਨਹੀਂ। ਕੇਂਦਰ ਸਰਕਾਰ ਦੁਆਰਾ ਪੇਸ਼ ਕੀਤੇ ਅੰਤਰਿਮ ਬਜਟ 'ਤੇ ਪੰਜਾਬ ਕਾਂਗਰਸ ਦੁਆਰਾ ਰੱਖੀ ਗਈ ਖਾਸ ਪ੍ਰੈਸ ਕਾਨਫਰੰਸ ਵਿੱਚ ਬੋਲਦਿਆਂ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਕਿਹਾ ਕਿ ਕਿਸਾਨਾਂ ਨੂੰ ਇਸ ਬਜਟ ਤੋਂ ਗਹਿਰੀ ਨਿਰਾਸ਼ਾ ਹੋਈ ਹੈ। ਉਹਨਾਂ ਨੇ ਕਿਹਾ ਕਿ ਸਰਕਾਰ ਨੇ ਰੋਜ਼ਗਾਰ ਦੇ ਨਾਲ ਸੰਬੰਧਿਤ ਕੋਈ ਵੀ ਯੋਜਨਾ ਦਾ ਇਸ ਬਜਟ ਦੇ ਵਿੱਚ ਉਲੇਖ ਨਹੀਂ ਕੀਤਾ। ਸੋ ਆਸ ਜਿਹੜੀ ਬੀਜੇਪੀ ਦੀ ਸਰਕਾਰ ਤੋਂ ਜਾਂ ਜਿਨ੍ਹਾਂ ਆਸਾਂ ਤੇ ਉਮੀਦਾਂ ਨਾਲ ਮੋਦੀ ਜੀ ਨੂੰ ਬਣਾਇਆ ਸੀ, ਔਰ ਜੇ ਤੁਸੀਂ ਕੱਲ ਦਾ FM ਸਾਹਿਬ ਦਾ ਭਾਸ਼ਣ ਸੁਣੋ ਤਾਂ ਉਹ ਫਿਊਚਰ ਟੈਂਸ ਦੇ ਵਿੱਚ ਸੀਗਾ ਕਿ ਅੱਜ ਤੋਂ 5 ਸਾਲ ਬਾਅਦ ਅਸੀਂ $5 ਟ੍ਰਿਲੀਅਨ ਦੀ ਇਕੋਨਮੀ ਬਣ ਜਾਵਾਂਗੇ, 10 ਸਾਲ ਤੋਂ ਬਾਅਦ ਅਸੀਂ $8 ਟ੍ਰਿਲੀਅਨ ਦੀ ਇਕੋਨਮੀ ਬਣ ਜਾਵਾਂਗੇ। ਪਰ ਇਹਨਾਂ ਨੇ ਆਪਣੀਆਂ ਪ੍ਰਾਪਤੀਆਂ ਜਿਹੜੀਆਂ ਇਹਨਾਂ ਨੇ ਕੀਤੀਆਂ ਕੋਈ ਕਰਾਈਆਂ ਉਹਨਾਂ 'ਚ ਉਹਨਾਂ ਨੇ ਕੁਛ ਨਹੀਂ ਦੱਸਿਆ। ਜਿਵੇਂ ਜਾਖੜ ਸਾਹਿਬ ਨੇ ਕਿਹਾ ਕਿ ਜਿਹੜਾ ਦਸਤੂਰ ਹੈ, ਜਿਹੜਾ ਕਨਵੈਨਸ਼ਨ ਸੀਗਾ ਕਿ ਜਦੋਂ ਸਰਕਾਰ ਦੇ ਅਖੀਰਲੇ 3 ਮਹੀਨੇ ਰਹਿ ਜਾਣ ਤਾਂ ਵੋਟ ਔਨ ਅਕਾਊਂਟ ਹੁੰਦਾ, ਉਹ ਫੁੱਲ ਬਜਟ ਨਹੀਂ ਹੁੰਦਾ। ਇਹਨਾਂ ਨੇ, ਕਿਉਂਕਿ ਇਹਨਾਂ ਨੂੰ ਕੀ ਪਤਾ ਹੈ ਕਿ ਇਹਨਾਂ ਦੀ ਸਰਕਾਰ ਫਿਰ ਵਾਪਸ ਬਣੂਗੀ ਕਿ ਨਹੀਂ। ਆਮ ਆਦਮੀ ਪਾਰਟੀ ਪੰਜਾਬ ਦੇ ਆਗੂ ਹਰਪਾਲ ਚੀਮਾ ਨੇ ਕਿਸਾਨਾਂ ਦੇ ਮੁੱਦੇ 'ਤੇ ਇੱਕ ਵਾਰ ਫਿਰ ਤੋਂ ਕਾਂਗਰਸ ਦੀ ਸਰਕਾਰ ਨੂੰ ਘੇਰਿਆ ਹੈ। ਉਹਨਾਂ ਨੇ ਕਿਹਾ ਕਿ ਸਰਕਾਰ ਕਿਸਾਨਾਂ ਦੀ ਕਰਜ਼ਾ ਮਾਫੀ ਦਾ ਡਰਾਮਾ ਕਰ ਰਹੀ ਹੈ, ਜਦਕਿ ਦੂਜੇ ਪਾਸੇ ਕਿਸਾਨਾਂ ਦੀਆਂ ਬਿਜਲੀ ਦੀਆਂ ਮੋਟਰਾਂ ਦੇ ਕਨੈਕਸ਼ਨ ਕੱਟੇ ਜਾ ਰਹੇ ਨੇ। ਉਹਨਾਂ ਕਿਹਾ ਕਿ ਬਿਜਲੀ ਅਤੇ ਪਾਣੀ ਇਨਸਾਨ ਦੀ ਬੁਨਿਆਦੀ ਜ਼ਰੂਰਤ ਹੈ ਅਤੇ ਸਰਕਾਰ ਕਿਸਾਨਾਂ ਨੂੰ ਬਿਜਲੀ ਅਤੇ ਪਾਣੀ ਤੋਂ ਵੀ ਮਹਿਰੂਮ ਕਰ ਰਹੀ ਹੈ। ਹਰਪਾਲ ਚੀਮਾ ਨੇ ਕਿਹਾ ਕਿ ਸਵਾਮੀਨਾਥਨ ਰਿਪੋਰਟ ਦੀਆਂ ਸਿਫਾਰਸ਼ਾਂ ਲਾਗੂ ਕੀਤੇ ਤੋਂ ਬਗੈਰ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਹੱਲ ਨਹੀਂ ਹੋ ਸਕਦਾ। देखिए, जो मनुखी अधिकारों का बहुत बड़ा उल्लंघन है, मनुखी अधिकार कहते हैं हरेक आदमी को जीने का अधिकार है, पर लेकिन यहाँ पानी बंद कर दिया गया और यहाँ क्या नाम है इलेक्ट्रिसिटी बंद कर दी गई, जबकि ये किसान जो हैं, हमारे किसान बड़ा है जो वो परमिशन लेके, प्रशासन से परमिशन लेके, आज्ञा लेके बैठे हुए हैं, उनके साथ ऐसा धक्का हम बर्दाश्त नहीं करेंगे। हम जल्दी ही DC और सब अधिकारियों को मिलने जा रहे हैं। ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਨੇ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕ ਕੇ ਅਰਦਾਸ ਬੇਨਤੀ ਕੀਤੀ। ਇਸ ਮੌਕੇ ਉਹਨਾਂ ਨੇ ਅਕਾਲੀ ਦਲ ਅਤੇ ਕਾਂਗਰਸ ਦੋਵਾਂ ਪਾਰਟੀਆਂ ਦਾ ਹੀ ਸਿਆਸੀ ਘਿਰਾਓ ਕੀਤਾ। ਭਗਵੰਤ ਮਾਨ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੂੰ ਹੁਣ ਕੋਈ ਪਿੰਡਾਂ ਵਿੱਚ ਵੜਨ ਨਹੀਂ ਦਿੰਦਾ।
ਨਾਲ ਹੀ ਉਹਨਾਂ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਪੰਜਾਬ ਦੇ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਸੱਤਾ ਹਾਸਲ ਕੀਤੀ ਹੈ ਅਤੇ ਪੰਜਾਬ ਦੇ ਲੋਕ ਹੁਣ ਕਾਂਗਰਸ ਦੀ ਅਸਲੀਅਤ ਨੂੰ ਸਮਝ ਚੁੱਕੇ ਨੇ। ਸੋ ਲੋਕ ਇਸ ਵਕਤ ਅਕਾਲੀ ਦਲ ਤੋਂ ਬਿਲਕੁਲ ਨਫ਼ਰਤ ਜਿਹੜੀ ਕਰ ਚੁੱਕੇ ਨੇ, ਅਕਾਲੀ ਦਲ ਉਹਨਾਂ ਦੇ ਦਿਲਾਂ 'ਚੋਂ ਲੈ ਚੁੱਕਿਆ। ਜਦੋਂ ਦੀ ਗੁਰੂ ਸਾਹਿਬ ਦੀ ਬੇਅਦਬੀ ਕਾਂਡ ਦੇ ਵਿੱਚ ਉਹਨਾਂ ਦਾ ਨਾਮ ਆਇਆ ਔਰ ਉਹਨਾਂ ਨੂੰ ਪਿੰਡਾਂ ਦੀ ਗੱਲ ਛੱਡੋ, ਗੁਰਦੁਆਰਾ ਸਾਹਿਬ ਦੇ ਵਿੱਚ ਵੀ ਜਿਹੜੀ ਐਂਟਰੀ ਉਹਨਾਂ ਦੀ ਬੈਨ ਕਰ ਰੱਖੀ ਹੈ ਲੋਕਾਂ ਨੇ, ਅਤੇ ਕਾਂਗਰਸ ਜਿਹੜੀ ਹੈ ਉਹਨੇ ਵਾਅਦੇ ਪੂਰੇ ਨਹੀਂ ਕੀਤੇ, ਵੱਡੇ ਵੱਡੇ ਵਾਅਦੇ ਕੀਤੇ, ਘਰ ਘਰ ਨੌਕਰੀਆਂ ਦੇ, ਕਰਜ਼ੇ ਮਾਫੀ ਦੇ, ਸਮਾਰਟ ਫੋਨਾਂ ਦੇ, 2500 ਰੁਪਏ ਬੁਢਾਪਾ ਪੈਨਸ਼ਨਾਂ ਦੇ, 51000 ਰੁਪਏ ਸ਼ਗਨਾਂ ਦੇ, 129 ਪੇਜ ਦਾ ਜਿਹੜਾ ਮੈਨੀਫੈਸਟੋ ਸੀ ਕਾਂਗਰਸ ਦਾ, ਉਹਦੇ 'ਚੋਂ ਅੱਧਾ ਪੇਜ ਵੀ ਹਜੇ ਤੱਕ ਪੂਰਾ ਨਹੀਂ ਹੋਇਆ। 2 ਸਾਲ ਹੋ ਗਏ ਕੈਪਟਨ ਸਾਹਿਬ ਆਪਣੇ ਘਰੋਂ ਬਾਹਰ ਨਹੀਂ ਨਿਕਲੇ, ਸਾਰਾ ਪੰਜਾਬ ਸੜਕਾਂ 'ਤੇ ਹੈ, ਕਿਸਾਨ ਸੜਕਾਂ 'ਤੇ ਨੇ, ਖੁਦਕੁਸ਼ੀਆਂ ਕਰ ਰਹੇ ਨੇ, ਔਰ ਡਾਕਟਰ ਸੜਕਾਂ 'ਤੇ ਨੇ, ਮਾਸਟਰ ਸੜਕਾਂ 'ਤੇ ਨੇ, ਨਰਸਾਂ ਸੜਕਾਂ 'ਤੇ ਨੇ, ਔਰ ਮਿਡ ਡੇ ਮੀਲ ਵਾਲੀਆਂ ਔਰ ਆਂਗਣਵਾੜੀ ਵਾਲੀਆਂ ਜਿਹੜੀਆਂ ਮੁਲਾਜ਼ਮਾਂ ਨੇ ਉਹ ਸੜਕਾਂ 'ਤੇ ਨੇ। ਸੋ ਸਾਰਾ ਪੰਜਾਬ ਸੜਕਾਂ 'ਤੇ ਹੈ, ਕੈਪਟਨ ਸਾਹਿਬ ਆਪਣੀ ਕੋਠੀ 'ਚ ਬੈਠੇ ਨੇ। ਫਿਰੋਜ਼ਪੁਰ ਦੇ ਹਰੀਕੇ ਪੱਤਣ ਵਿਖੇ ਵੈਟਲੈਂਡ ਦਿਵਸ ਮਨਾਇਆ ਗਿਆ। ਇਸ ਮੌਕੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਖਾਸ ਤੌਰ 'ਤੇ ਇਸ ਸਮਾਗਮ ਦੇ ਵਿੱਚ ਸ਼ਿਰਕਤ ਕੀਤੀ। ਸਿੱਧੂ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਹਰੀਕੇ ਪੱਤਣ ਵੈਟਲੈਂਡ ਦਾ ਵਿਕਾਸ ਕੀਤਾ ਜਾਵੇਗਾ ਅਤੇ ਇਸ ਨੂੰ ਸੈਲਾਨੀ ਕੇਂਦਰ ਦੇ ਤੌਰ 'ਤੇ ਵਿਕਸਿਤ ਕੀਤਾ ਜਾਵੇਗਾ। ਉਹਨਾਂ ਨੇ ਕਿਹਾ ਕਿ 1200 ਕਰੋੜ ਰੁਪਏ ਦਾ ਪ੍ਰੋਜੈਕਟ ਵੀ ਲਾਂਚ ਕੀਤਾ ਜਾਵੇਗਾ। ਸਿੱਧੂ ਨੇ ਕਿਹਾ ਕਿ ਹਰੀਕੇ ਪੱਤਣ ਵਿੱਚ ਜ਼ਮੀਨਾਂ 'ਤੇ ਕੀਤੇ ਨਾਜਾਇਜ਼ ਕਬਜ਼ਿਆਂ ਨੂੰ ਵੀ ਜਲਦ ਹੀ ਛੁਡਾਇਆ ਜਾਵੇਗਾ। ਇਹਨੂੰ ਵੈਲਿਊ ਨਹੀਂ ਕਿਸੇ ਨੇ ਕੀਤਾ ਔਰ ਇਹਨੂੰ ਡਿਵੈਲਪ ਨਹੀਂ ਕਿਸੇ ਨੇ ਕੀਤਾ। ਇਟਸ ਅ ਰੀਅਲ ਸ਼ੇਮ ਕਿ ਸਭ ਤੋਂ ਵੱਡਾ ਵੈਟਲੈਂਡ 4100 ਹੈਕਟੇਅਰ ਏਸ਼ੀਆ ਦਾ ਇਸ ਨੰਬਰ 2 ਔਰ ਨੰਬਰ 1, ਕੋਈ ਕਹਿੰਦੇ 2 ਕੋਈ ਕਹਿੰਦੇ ਨੰਬਰ 1, 146,000 ਮਤਲਬ ਐਤਕੀ ਹਾਈਐਸਟ ਹੈ, 146,000 ਬਰਡ ਆਇਆ ਐਤਕੀ, ਅਤੇ 16,000 ਬਰਡ ਜਿੱਥੇ ਆਉਂਦਾ ਹੈ ਭਰਤਪੁਰ ਸੈਂਚੁਰੀ ਉਹਨੂੰ ਇੰਡੀਆ ਦੀ ਬੈਸਟ ਕਹਿੰਦੇ ਆ। ਕਿਉਂ? ਕਿਉਂਕਿ ਅਸੀਂ ਮਣੀ ਮਿੱਟੀ 'ਚ ਰੋਡ ਰੱਖੀ ਹੈ ਔਰ ਮਣੀ ਨੂੰ ਅਸੀਂ ਸੋਨੇ 'ਚ ਸਜਾ ਨਹੀਂ ਸਕੇ ਤਾਂ ਕਿ ਮਣੀ ਦੀ ਚਮਕ 100 ਗੁਣਾ ਵਧੇ। ਇਹ ਡਿਸਾਈਡ ਹੋਇਆ, ਚੀਫ ਮਿਨਿਸਟਰ ਸਾਹਿਬ ਨਾਲ ਮੀਟਿੰਗ ਹੋਈ ਹੈ, ਅਸੀਂ ਜਿਹੜਾ ADB ਤੋਂ ਅਗਲਾ ਫੰਡ ਲੈ ਰਹੇ ਹਾਂ 1200 ਕਰੋੜ ਦਾ ਪ੍ਰੋਜੈਕਟ ਹੈ, ਉਹਦੇ 'ਚੋਂ 150 ਕਰੋੜ ਰੁਪਈਆ ਇਕੱਲਾ ਹਰੀਕੇ ਪੱਤਣ ਲਈ ਲੈ, ਜਸਟ ਫੋਰ ਦ ਡਿਵੈਲਪਮੈਂਟ ਆਫ ਦਿਸ ਗ੍ਰੇਟ ਵੈਟਲੈਂਡ ਜਿੱਥੇ 1,25,000 ਤੋਂ ਉੱਤੇ ਬਰਡ ਆਉਂਦਾ। ਇਹ ਜਿੰਨੀ ਹਾਈਸੈਂਥ ਹੈ ਇਹਨੂੰ ਪੂਰੀ ਤਰ੍ਹਾਂ ਰਿਮੂਵ ਕਰਾਂਗੇ। ਇਹ ਤੁਸੀਂ 16 ਪੁਆਇੰਟ ਹੈਗੇ ਨੇ, ਇਹਨੂੰ ਡਰੋਨਸ ਤੋਂ ਪ੍ਰੋਪਰ ਤਰੀਕੇ ਦੇ ਨਾਲ ਸਰਵੇ ਕੀਤਾ ਜਾਊਗਾ। ਚੰਡੀਗੜ੍ਹ ਵਿਖੇ ਇੱਕ ਸਮਾਗਮ ਵਿੱਚ ਪਹੁੰਚੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਵਿੱਚ ਘੱਟ ਰਹੇ ਰੋਜ਼ਗਾਰ ਦੇ ਮੌਕਿਆਂ ਦਾ ਮੁੱਦਾ ਚੁੱਕਿਆ ਹੈ। ਉਹਨਾਂ ਨੇ ਕਿਹਾ ਕਿ ਪੰਜਾਬ ਦਾ ਨੌਜਵਾਨ ਹਰ ਹਾਲਤ ਵਿੱਚ ਵਿਦੇਸ਼ ਜਾਣਾ ਚਾਹੁੰਦਾ ਹੈ, ਚਾਹੇ ਉਹ ਆਪਣੀ ਜ਼ਮੀਨ ਵੇਚ ਕੇ ਅਤੇ ਕਰਜ਼ਾ ਲੈ ਕੇ ਹੀ ਕਿਉਂ ਨਾ ਵਿਦੇਸ਼ ਜਾਵੇ। ਸਿੱਧੂ ਨੇ ਕਿਹਾ ਕਿ ਪੰਜਾਬ ਵਿੱਚ ਇਹ ਕਾਫ਼ੀ ਘਾਤਕ ਦੌਰ ਚੱਲ ਰਿਹਾ ਹੈ। ਉਹਨਾਂ ਕਿਹਾ ਕਿ ਪੰਜਾਬ ਦਾ ਸਰਮਾਇਆ ਲਗਾਤਾਰ ਵਿਦੇਸ਼ਾਂ ਵੱਲ ਜਾ ਰਿਹਾ ਹੈ ਅਤੇ ਨੌਜਵਾਨ ਜ਼ਮੀਨਾਂ ਵੇਚ ਕੇ ਗਲਤ ਤਰੀਕਿਆਂ ਨਾਲ ਵਿਦੇਸ਼ਾਂ ਵੱਲ ਜਾ ਰਹੇ ਨੇ। ਇਹ ਸਭ ਤੋਂ ਘਾਤਕ ਦੌਰ ਹੈ। ਜਦੋਂ ਪੰਜਾਬੀ ਸੋਚਦਾ ਹੈ ਵੀ ਇਹ ਥਾਂ ਸਾਡੇ ਰਹਿਣ ਜੋਗੀ ਨਹੀਂ, ਇਹ ਸਭ ਤੋਂ ਘਾਤਕ ਦੌਰ ਹੈ। ਔਰ ਇਸ ਦੌਰ ਦੇ ਵਿੱਚ 67,000 ਕਰੋੜ ਰੁਪਈਆ ਐਸੈਟਸ ਵਿਕੇ ਨੇ ਪੰਜਾਬ ਦੇ, ਇੱਕ ਸਾਲ 'ਚ 27,000 ਕਰੋੜ ਰੁਪਈਏ ਦੇ ਐਸੈਟਸ ਵਿਕੇ ਨੇ। ਆਈਲੈਟਸ ਪੜ੍ਹ ਕੇ 12ਵੀਂ ਤੋਂ ਬਾਅਦ ਜੇ ਗੱਲ ਬਣ ਗਈ ਤਾਂ ਭਜਾ ਦਿਓ।
ਨਹੀਂ ਤਾਂ ਫਿਰ ਹੋਰ ਕੋਈ ਲਾ ਲਵੋ। ਕਈ ਜ਼ਮੀਨਾਂ ਵੇਚ ਕੇ 50-50 ਲੱਖ ਰੁਪਈਆ ਦਿੰਦੇ ਆ, ਡੋਂਕੀਜ਼ ਕਰਦੇ ਆ ਉਹ, ਰਸ਼ੀਆ ਦੇ ਉੱਥੋਂ ਪਹਾੜਾਂ ਦੇ ਉੱਤੋਂ ਲੰਘਦੇ ਆ, ਜੰਗਲਾਂ 'ਚੋਂ ਟਰੈਵਲ ਕਰਦੇ ਆ। ਤੁਸੀਂ ਭੈਣ ਜੀ ਨੂੰ ਪੁੱਛ ਕੇ ਵੇਖੋ, ਤੁਹਾਨੂੰ ਦੱਸਣਗੇ ਹੋਰ। ਪਰ ਮੈਂ ਵੀ ਜਾਣਦਾ ਕਿ ਉਹ ਧੱਕੇ ਚੜ੍ਹ ਜਾਂਦੇ ਆ, ਉੱਧਰੋਂ ਕੋਈ ਖਬਰ ਨਹੀਂ ਆਉਂਦੀ। ਇਹ ਬੜਾ ਖਤਰਨਾਕ ਦੌਰ ਹੈ। ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਵਿੱਚ ਵੀ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਨੇ ਕਿਸਾਨਾਂ ਨੂੰ ਕਰਜ਼ਾ ਮਾਫੀ ਦੇ ਸਰਟੀਫਿਕੇਟ ਵੰਡੇ। ਇਸ ਮੌਕੇ ਉਹਨਾਂ ਨੇ ਕੇਂਦਰ ਸਰਕਾਰ ਦੁਆਰਾ ਪੇਸ਼ ਕੀਤੇ ਗਏ ਬਜਟ 'ਤੇ ਤਿੱਖੀ ਪ੍ਰਤੀਕਿਰਿਆ ਦਿੱਤੀ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਨੇ ਇਸ ਬਜਟ ਦੇ ਨਾਲ ਕਿਸਾਨਾਂ ਨਾਲ ਧੋਖਾ ਕੀਤਾ ਹੈ। ਨਾਲ ਹੀ ਉਹਨਾਂ ਕਿਹਾ ਕਿ ਕਿਸਾਨਾਂ ਨੂੰ 6,000 ਰੁਪਇਆ ਦੇਣਾ ਨਾਕਾਫੀ ਹੈ ਅਤੇ ਸਰਕਾਰ ਨੇ ਅਜਿਹਾ ਕਰਕੇ ਕਿਸਾਨਾਂ ਦੇ ਨਾਲ ਮਜ਼ਾਕ ਕੀਤਾ ਹੈ। ਅੱਜ 550 ਜਿਹੜਾ ਇਸ ਇਲਾਕੇ ਦਾ ਕਰਜ਼ਾ ਮਾਫੀ ਦਾ ਇਲਾਕੇ ਦਾ, ਅਤੇ ਟੋਟਲ ਜਿਹੜਾ ਪੰਜਾਬ ਦੇ ਵਿੱਚ 4500 ਕਰੋੜ ਦਾ ਅਸੀਂ ਹੁਣ ਤੱਕ ਕਰਜ਼ਾ ਮਾਫੀ ਕਰ ਦਿੱਤੀ ਆ। ਉਹਦੇ ਵਿੱਚ ਜਿਹੜੀ ਟੋਟਲ ਪੰਜਾਬ ਦੀ 1097 ਕਰੋੜ ਰੁਪਈਆ ਜਿਹੜਾ ਕੋਆਪਰੇਟਿਵ ਬੈਂਕਾਂ ਨੇ ਇਸ ਮਹੀਨੇ ਦੇ ਵਿੱਚ ਸਾਰੇ ਜਿਹੜੇ ਉਹ ਅਸੀਂ ਵੰਡ ਦੇ। ਬਜਟ ਜਿਹੜਾ ਤੁਸੀਂ ਕੀਤਾ ਕਿ ਜਿਹੜੇ 500 ਰੁਪਈਆ ਪਰ ਮਹੀਨੇ ਪਾਉਣਾ, ਮੇਰਾ ਖਿਆਲ ਹੈ ਕਿ ਇੱਕ ਕੋਝਾ ਮਜ਼ਾਕ ਆ। ਇਹਦੇ 'ਚ ਜਿਵੇਂ ਪੰਜਾਬ ਗਵਰਨਮੈਂਟ ਨੇ 2 ਲੱਖ ਰੁਪਈਆ ਕੀਤੀ ਸੀ, ਉਸ ਤਰੀਕੇ ਦੇ ਨਾਲ ਕੋਈ ਦਿੰਦੇ ਅਤੇ ਜਿਹਦੇ ਨਾਲ ਰਾਹਤ ਮਿਲਦੀ। ਮੇਰਾ ਖਿਆਲ ਕਿ ਇਹ ਉਹਨਾਂ ਨੇ ਅਖੀਰਲੇ ਦਿਨ ਜਿਹੜਾ ਕਿ ਬਜਟ ਜਿਹੜਾ ਇੰਟਰਮ ਬਜਟ ਜਿਹੜਾ ਪੇਸ਼ ਕੀਤਾ, ਅਤੇ ਉਹਦੇ 'ਚ ਮੇਰੇ ਖਿਆਲ ਕੋਈ ਗੱਲ ਬਣਦੀ ਨਹੀਂ। ਉਹਨਾਂ ਨੇ ਇਲੈਕਸ਼ਨ ਨੂੰ ਇੱਕ ਮੁੱਦਾ ਬਣਾ ਕੇ ਕੀਤਾ। ਸਾਬਕਾ ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੌਰ ਨੇ ਪਟਿਆਲਾ ਵਿਖੇ ਜੇਤੂ ਪੰਚਾਂ ਅਤੇ ਸਰਪੰਚਾਂ ਦੇ ਨਾਲ ਮੁਲਾਕਾਤ ਕਰਕੇ ਉਹਨਾਂ ਨੂੰ ਮੁਬਾਰਕਬਾਦ ਦਿੱਤੀ। ਨਾਲ ਹੀ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਨੇ ਵੀ ਪੰਚਾਂ ਅਤੇ ਸਰਪੰਚਾਂ ਨੂੰ ਮੁਬਾਰਕਾਂ ਦਿੱਤੀਆਂ। ਇਸ ਮੌਕੇ ਬੋਲਦਿਆਂ ਸਾਬਕਾ ਵਿਦੇਸ਼ ਰਾਜ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ ਕਾਂਗਰਸ 13 ਦੀਆਂ 13 ਲੋਕ ਸਭਾ ਸੀਟਾਂ ਜਿੱਤਣ ਜਾ ਰਹੀ ਹੈ। ਨਾਲ ਹੀ ਉਹਨਾਂ ਨੇ ਡਾਕਟਰ ਗਾਂਧੀ ਨੂੰ ਪਟਿਆਲਾ ਤੋਂ ਚੋਣ ਲੜਨ ਦੇ ਲਈ ਮੁਬਾਰਕਬਾਦ ਵੀ ਦਿੱਤੀ। ਉਹ ਤਾਂ ਲੋਕ ਹੀ ਜਵਾਬ ਦੇ ਦੇਣਗੇ, ਪਰ ਜਿੱਥੇ ਤੱਕ ਮੈਨੂੰ ਪਤਾ ਹੈ ਕਿ ਅਸੀਂ ਪੂਰੀ 13 ਦੀਆਂ 13 ਸੀਟਾਂ ਜਿੱਤਾਂਗੇ। ਗੁਰਦਾਸਪੁਰ ਦੇ ਦੀਨਾਨਗਰ ਵਿੱਚ ਪੰਜਾਬ ਸਰਕਾਰ ਦੁਆਰਾ ਕਰਜ਼ਾ ਮਾਫੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਕੈਬਨਿਟ ਮੰਤਰੀ ਅਰੁਣਾ ਚੌਧਰੀ ਨੇ 211 ਕਿਸਾਨਾਂ ਨੂੰ ਕਰਜ਼ਾ ਮਾਫੀ ਦੇ ਸਰਟੀਫਿਕੇਟ ਵੰਡੇ। ਇਸ ਮੌਕੇ ਬੋਲਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਸਰਕਾਰ ਦੁਆਰਾ ਜੁਮਲਾ ਬਜਟ ਪੇਸ਼ ਕੀਤਾ ਗਿਆ ਹੈ। ਮਾਫੀ ਦਾ ਸੈਕਿੰਡ ਫੇਜ਼ ਜਿਹੜਾ ਸੀ ਉਹਦੀ ਅੱਜ ਸਮਾਰੋਹ ਸੀ। ਉਸ ਸਮਾਗਮ ਦੇ ਵਿੱਚ ਅੱਜ ਤੱਕ ਅਸੀਂ 121 ਕਰੋੜ ਗੁਰਦਾਸਪੁਰ ਔਰ ਦੀਨਾਨਗਰ ਸਬ ਡਿਵੀਜ਼ਨ ਦਾ ਅਸੀਂ ਲੈ ਚੁੱਕੇ ਹਾਂ, ਵੰਡ ਚੁੱਕੇ ਹਾਂ ਲੋਕਾਂ ਦੇ ਵਿੱਚ। ਸੋ ਸਰਕਾਰ ਦੀ ਨੀਅਤ ਵਿੱਤੀ ਸੰਕਟ ਹੋਣ ਦੇ ਬਾਵਜੂਦ ਇਹ ਰਹੀ ਹੈ ਕਿ ਕਿਸਾਨ ਭਰਾਵਾਂ ਦਾ ਜਿਹੜਾ ਆ ਕਰਜ਼ਾ ਇਹ ਦੂਰ ਹੋਣਾ ਚਾਹੀਦਾ। ਪਹਿਲੇ ਪੜਾਅ 'ਚ ਅਸੀਂ 2.5 ਏਕੜ ਜਾਂ ਉਸ ਤੋਂ ਘੱਟ ਕਿਸਾਨਾਂ ਨੂੰ ਲਿਆ ਸੀ, ਔਰ ਸੈਕਿੰਡ ਫੇਜ਼ ਦੇ ਵਿੱਚ ਅਸੀਂ 5 ਏਕੜ ਦੇ ਕਿਸਾਨ ਜਿਹੜੇ ਆ ਉਹਨਾਂ ਦਾ ਕਰਜ਼ਾ ਮਾਫ ਕੀਤਾ। ਸੋ ਸਰਕਾਰ ਇਹ ਚਾਹੁੰਦੀ ਹੈ ਔਰ ਬਹੁਤ ਚੰਗੀ ਤਰ੍ਹਾਂ ਸਮਝਦੀ ਹੈ ਕਿ ਕਿਸਾਨਾਂ ਦਾ ਦੁੱਖ ਦਰਦ ਕੀ ਹੈ। 4 ਫਸਲਾਂ ਅੱਜ ਤੱਕ ਚੁੱਕੀਆਂ ਨੇ ਸਰਕਾਰ ਨੇ, ਔਰ ਕਿਸੇ ਵੀ ਕਿਸਾਨ ਵੀਰ ਨੂੰ, ਕਿਸੇ ਕਿਸਾਨ ਭਰਾ ਨੂੰ ਮੰਡੀਆਂ ਦੇ ਵਿੱਚ ਕਿਸੇ ਕਿਸਮ ਦੀ ਦਿੱਕਤ ਨਹੀਂ ਆਈ, ਨਾ ਹੀ ਉਹਨਾਂ ਨੂੰ ਮੰਡੀਆਂ ਦੇ ਵਿੱਚ ਰੁਲਣਾ ਪਿਆ। ਜਿਵੇਂ ਕਿ ਪਿਛਲੇ ਸਰਕਾਰਾਂ ਦੇ ਵਿੱਚ ਉਹ 10-10 ਦਿਨ ਮੰਡੀ ਦੇ ਵਿੱਚ ਬੈਠੇ ਰਹਿੰਦੇ ਸੀ, ਤਾਂ ਵੀ ਉਹਨਾਂ ਦੀ ਪੇਮੈਂਟ ਜਿਹੜੀ ਸੀ ਉਹ ਨਹੀਂ ਹੁੰਦੀ ਸੀ। ਸੋ ਇਸ ਕਰਕੇ ਸਰਕਾਰ ਚਾਹੁੰਦੀ ਹੈ ਕਿ ਹਰ ਵਰਗ ਨੂੰ ਇਹ ਜਿਹੜਾ ਹੈ ਹਰ ਤਰ੍ਹਾਂ ਦੀ ਜਿਹੜੀ ਵੀ ਉਹਨਾਂ ਨੇ ਫੈਸਲੇ ਕੀਤੇ ਸੀ ਜਾਂ
ਜਿਹੜੀ ਕਿ ਇਲੈਕਸ਼ਨਾਂ ਤੋਂ ਪਹਿਲੇ ਜੋ ਵਾਅਦੇ ਕੀਤੇ ਸੀ ਉਹ ਪੂਰੇ ਕਰਾਂਗੇ। ਪੰਜਾਬੀ ਫਿਲਮ ਇੰਡਸਟਰੀ ਵਿੱਚ ਪਹਿਲਾਂ ਵੀ ਨਸ਼ਿਆਂ ਦੇ ਉੱਤੇ ਕਈ ਫਿਲਮਾਂ ਬਣ ਚੁੱਕੀਆਂ ਨੇ ਅਤੇ ਹੁਣ ਦਲਜੀਤ ਖਾਨ ਖਾਨਾ ਇੱਕ ਨਵੀਂ ਫਿਲਮ ਨੂੰ ਲੈ ਕੇ ਜਲਦ ਹੀ ਕੰਮ ਸ਼ੁਰੂ ਕਰਨ ਜਾ ਰਹੇ ਨੇ। ਲੁਧਿਆਣਾ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਿਤ ਕਰਦੇ ਹੋਏ ਇਸ ਫਿਲਮ ਦੇ ਪ੍ਰੋਡਿਊਸਰ ਦਲਜੀਤ ਖਾਨ ਖਾਨਾ ਨੇ ਜਾਣਕਾਰੀ ਦਿੱਤੀ ਕਿ ਇਹ ਫਿਲਮ ਪੰਜਾਬੀ ਨੌਜਵਾਨਾਂ ਨੂੰ ਨਸ਼ਿਆਂ ਦੇ ਪ੍ਰਤੀ ਸੁਚੇਤ ਕਰੇਗੀ। ਇਸ ਮੌਕੇ ਫਿਲਮ ਦੀ ਸਟਾਰ ਕਾਸਟ ਵੀ ਮੌਜੂਦ ਸੀ। ਪੰਜਾਬ ਅੰਦਰ ਨਸ਼ਿਆਂ ਦੇ ਵੱਧਦੇ ਰੁਝਾਨ ਨੂੰ, ਪੰਜਾਬੀਅਤ ਦੇ ਰੋਡੇ ਹੋਏ ਰੁਝਾਨ ਨੂੰ ਦੇਖ ਕੇ ਅਸੀਂ ਇੱਕ ਤੁਹਾਡੇ ਸਾਹਮਣੇ ਜਿਹੜੀ ਮੂਵੀ ਲੈ ਕੇ ਆਏ ਹਾਂ ਤਾਂ ਉਹ ਸਾਡੀ ਸੋਸ਼ਲ ਮੂਵੀ ਆ ਅਤੇ ਜਿਹਦੇ ਵਿੱਚ ਅਸੀਂ ਆਪਣੇ ਪੰਜਾਬ ਦੇ ਅਤੇ ਪੰਜਾਬੀ ਕਲਚਰ ਨੂੰ ਬਚਾਉਣ ਦੀ ਕੋਸ਼ਿਸ਼ ਦੇ ਨਾਲ ਇਹ ਇੱਕ ਉਪਰਾਲਾ ਕਰ ਰਹੇ ਹਾਂ ਜਿਹਦੇ ਨਾਲ ਅਸੀਂ ਆਪਣੇ ਸਮਾਜ ਨੂੰ ਸੇਧ ਦੇਣਾ ਚਾਹੁੰਦੇ ਹਾਂ ਤਾਂ ਕਿ ਸਾਡਾ ਸਮਾਜ ਜਿਹੜਾ ਆ ਨਿੱਗਰ ਲੀਹਾਂ ਦੇ ਉੱਤੇ ਜਿਹੜੇ ਸਾਡੇ ਗੁਰੂ ਸਾਹਿਬਾਨਾਂ ਨੇ ਸਾਡੇ ਲਈ ਸਰਬੱਤ ਦੇ ਭਲੇ ਦੀਆਂ ਨਿੱਗਰ ਲੀਹਾਂ ਦਿੱਤੀਆਂ ਉਹਨੂੰ ਅਸੀਂ ਬਚਾਉਣ ਦੇ ਲਈ ਕੋਈ ਨਾ ਕੋਈ ਯੋਗਦਾਨ ਪਾ ਸਕੀਏ, ਇਹ ਸਾਡਾ ਆਪਣਾ ਨਿੱਜੀ ਉਪਰਾਲਾ ਹੈ। ਕੇਂਦਰ ਦੀ ਭਾਜਪਾ ਸਰਕਾਰ ਦੁਆਰਾ ਅੰਤਰਿਮ ਬਜਟ ਪੇਸ਼ ਕਰਨ ਤੋਂ ਬਾਅਦ ਆਮ ਲੋਕਾਂ ਵੱਲੋਂ ਮਿਲੀਆਂ ਜੁਲੀਆਂ ਪ੍ਰਤੀਕਿਰਿਆਵਾਂ ਦੇਖਣ ਨੂੰ ਮਿਲ ਰਹੀਆਂ ਨੇ। ਕੁਝ ਲੋਕ ਤਾਂ ਆਮਦਨ ਕਰ ਦੀ ਸੀਮਾ ਵਿੱਚ ਕੀਤੇ ਵਾਧੇ ਤੋਂ ਖੁਸ਼ ਨੇ, ਜਦਕਿ ਕਿਸਾਨਾਂ ਦੁਆਰਾ ਲਗਾਤਾਰ ਇਸ ਬਜਟ 'ਤੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਕੀ ਕਿਹਾ ਇਸ ਬਜਟ ਬਾਰੇ ਆਮ ਲੋਕਾਂ ਨੇ, ਆਓ ਸੁਣਦੇ ਹਾਂ। ਮੈਂ ਤਾਂ ਇਹ ਕਹਿੰਦਾ ਹੈਗਾ ਜੀ, ਜਿਹੜੇ ਮਤਲਬ ਦਰਮਿਆਨੇ ਲੋਕ ਹੈਗੇ ਆ ਵੀ 2.5 ਲੱਖ ਤੋਂ 5 ਕੀਤੀ ਆ ਤਾਂ ਆਮ ਸਾਡੇ ਗਰੀਬ ਜਨਤਾ ਨੂੰ ਤਾਂ ਇਸ ਚੀਜ਼ ਦਾ ਬਹੁਤ ਜ਼ਿਆਦਾ ਫਾਇਦਾ ਮਿਲੂਗਾ। ਮੈਂ ਬਹੁਤ ਜ਼ਿਆਦਾ ਇਸ ਚੀਜ਼ ਨੂੰ ਕਾਊਂਟ ਕਰਦਾ ਹੈਗਾ ਵੀ ਸਾਡੇ ਜਿਹੜੇ ਛੋਟੇ ਲੋਕ ਹੈਗੇ ਆ, ਦਰਮਿਆਨੇ ਲੋਕ ਹੈਗੇ ਆ, ਉਹਨਾਂ ਨੂੰ ਮਤਲਬ ਇਸ ਚੀਜ਼ ਦਾ ਬਹੁਤ ਜ਼ਿਆਦਾ ਫਾਇਦਾ ਮਿਲੂਗਾ। ਜਿਹੜਾ ਮੋਦੀ ਸਰਕਾਰ ਨੇ ਅੱਜ ਐਲਾਨ ਕੀਤਾ ਹੈ ਕਿ ਉਹਨਾਂ ਨੇ ਰਿਬੇਟ 2.5 ਲੱਖ ਤੋਂ ਵਧਾ ਕੇ 5 ਲੱਖ ਕਰ ਦਿੱਤੀ ਹੈ, ਬਹੁਤ ਹੀ ਵਧੀਆ ਗੱਲ ਕੀਤੀ ਹੈ ਸਾਡੇ ਵਰਗੀ ਮੱਧਮ ਵਰਗੀ ਫੈਮਿਲੀਜ਼ ਵਾਸਤੇ। ਇਹ ਬਹੁਤ ਹੀ ਲਾਭਕਾਰੀ ਹੋਏਗੀ, ਜਿਨ੍ਹਾਂ ਦੀ 25,000 ਸੈਲਰੀ ਹੁੰਦੀ ਹੈ ਇਹ ਸਾਡੇ ਲਈ ਬਹੁਤ ਲਾਭਕਾਰੀ ਹੋਏਗੀ। ਇਹਦੇ ਨਾਲ ਆਮ ਲੋਕਾਂ ਨੂੰ ਬਹੁਤ ਵਧੀਆ ਮਿਲੂਗਾ, ਲੋਕ ਬਹੁਤ ਵਧੀਆ ਇਹਨੂੰ ਕਰਨਗੇ, ਆਮ ਲੋਕਾਂ ਨੂੰ ਬਹੁਤ ਸਹਾਰਾ ਇਹਦਾ ਇਨਕਮ ਟੈਕਸ ਛੂਟ ਦਾ। ਅਤੇ ਮਗਰ ਮੋਦੀ ਸਰਕਾਰ ਨੂੰ ਇਹ ਤੁਰੰਤ ਲਾਗੂ ਕਰ ਦੇਣਾ ਚਾਹੀਦਾ ਹੈ, ਇਹ ਕਿਤੇ ਚੋਣਾਂ ਦਾ ਜੁਮਲਾ ਹੀ ਨਾ ਬਣ ਕੇ ਰਹਿ ਜਾਵੇ। ਮੋਦੀ ਸਰਕਾਰ ਨੂੰ ਇਹ ਜਲਦੀ ਤੋਂ ਜਲਦੀ ਲਾਗੂ ਕਰ ਦੇਣਾ ਚਾਹੀਦਾ ਹੈ। ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਤੋਂ ਨਜ਼ਰ ਪਾਉਂਦੇ ਹਾਂ ਹੁਣ ਤੱਕ ਦੀਆਂ ਚੋਣਵੀਆਂ ਖਬਰਾਂ ਤੇ। ਬੇਅਦਬੀ ਮਾਮਲੇ ਵਿੱਚ ਨਾਮਜ਼ਦ ਅਫਸਰਾਂ ਦੀਆਂ ਅਗਾਊ ਜ਼ਮਾਨਤ ਦੀਆਂ ਅਰਜ਼ੀਆਂ ਹੋਈਆਂ ਰੱਦ। ਇਹਨਾਂ ਅਫਸਰਾਂ ਦੀ ਗ੍ਰਿਫਤਾਰੀ ਦੇ ਲਈ SIT ਵੱਲੋਂ ਹੋ ਸਕਦੀ ਹੈ ਛਾਪੇਮਾਰੀ। ਗੋਲੀਕਾਂਡ ਪੀੜਿਤ ਦੇ ਰਿਸ਼ਤੇਦਾਰ ਨੇ ਕੀਤੀ ਸੀ ਅਗਾਊ ਜ਼ਮਾਨਤ ਦੀ ਅਰਜ਼ੀ ਨਾ ਮਨਜ਼ੂਰ ਕਰਨ ਦੀ ਅਪੀਲ। ਪੰਜਾਬ ਕਾਂਗਰਸ ਨੇ ਕੇਂਦਰ ਸਰਕਾਰ ਦੇ ਅੰਤਰਿਮ ਬਜਟ 'ਤੇ ਦਿੱਤੀ ਪ੍ਰਤੀਕਿਰਿਆ। ਸੁਨੀਲ ਜਾਖੜ ਨੇ ਕਿਹਾ ਭਾਜਪਾ ਨੇ ਪੇਸ਼ ਕੀਤਾ ਜੁਮਲਾ ਬਜਟ। ਕਿਹਾ ਸਰਕਾਰ ਨੇ 6,000 ਰੁਪਏ ਕਿਸਾਨਾਂ ਦੇ ਲਈ ਤਜਵੀਜ਼ ਰੱਖ ਕੇ ਕੀਤਾ ਕਿਸਾਨਾਂ ਦਾ ਅਪਮਾਨ। ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਕਿਹਾ ਕਿਸਾਨਾਂ ਦੀ ਕਰਜ਼ਾ ਮਾਫ਼ੀ ਦੀ ਉਮੀਦ ਹੋਈ ਖਤਮ। ਮਨਪ੍ਰੀਤ ਬਾਦਲ ਨੇ ਕਿਹਾ ਕੇਂਦਰ ਸਰਕਾਰ ਨੇ ਕਿਸਾਨਾਂ ਦੀਆਂ ਉਮੀਦਾਂ 'ਤੇ ਫੇਰਿਆ ਪਾਣੀ। ਕਿਹਾ ਸਰਕਾਰ ਨੇ ਬੇਰੁਜ਼ਗਾਰਾਂ ਲਈ ਨਹੀਂ ਕੀਤਾ ਕੋਈ ਐਲਾਨ। ਆਮ ਆਦਮੀ ਪਾਰਟੀ ਦੇ ਆਗੂ ਭਗਵੰਤ ਮਾਨ ਪਹੁੰਚੇ ਹਰਿਮੰਦਰ ਸਾਹਿਬ। ਕਿਹਾ ਅਕਾਲੀ ਦਲ ਦੇ ਆਗੂਆਂ ਨੂੰ ਲੋਕ ਪਿੰਡਾਂ ਵਿੱਚ ਨਹੀਂ ਦੇ ਰਹੇ ਵੜਨ। ਕਾਂਗਰਸ ਤੇ ਲਗਾਏ ਝੂਠੇ ਵਾਅਦੇ ਕਰਕੇ ਵੋਟ ਹਾਸਲ ਕਰਨ ਦੇ ਇਲਜ਼ਾਮ। ਸੁਖਪਾਲ ਖਹਿਰਾ ਨੇ ਫਾਜ਼ਿਲਕਾ ਦੇ ਪਿੰਡਾਂ ਦਾ ਕੀਤਾ ਦੌਰਾ। ਕਿਹਾ ਕਿਸਾਨਾਂ ਨੂੰ ਕਰਜ਼ੇ ਮਾਫ਼ੀ ਦੇ ਨਾਲ ਨਹੀਂ ਹੋ ਰਿਹਾ ਫਾਇਦਾ।
ਕਿਸਾਨਾਂ ਨੇ ਲਗਾਏ ਇਲਜ਼ਾਮ, ਬੈਂਕਾਂ ਕਰ ਰਹੀਆਂ ਨੇ ਤੰਗ ਪਰੇਸ਼ਾਨ। ਕੈਪਟਨ ਸਰਕਾਰ ਦੇ ਕਰਜ਼ਾ ਮਾਫ਼ੀ 'ਤੇ ਲੱਗੇ ਸਵਾਲੀਆ ਨਿਸ਼ਾਨ। ਪੰਜਾਬ ਇਸ ਵੇਲੇ ਵਿੱਚ ਫਿਲਹਾਲ ਇੰਨਾ ਹੀ, ਫਿਰ ਤੋਂ ਮੁਲਾਕਾਤ ਹੋਵੇਗੀ। ਧੰਨਵਾਦ।